ਇਹ ਜਿਹੜਾ ਮੋਨੂਮੈਂਟ ਆ ਜੀ ਵੈਨਕੂਵਰ ਦੇ ਵਿੱਚ, ਇਹ ਆਪਣੇ ਕਾਮਾ ਗਾਟਾ ਮਾਰੂ ਸ਼ਿਪ ਸੀ ਜਿਹੜੀ ਉਹ ਇੰਸੀਡੈਂਟ ਨੂੰ ਸਮਰਪਿਤ ਆ। ਅੱਜ ਆਪਾਂ ਵੀਡੀਓ ਤੁਹਾਨੂੰ ਘੁਮਾਵਾਂਗੇ ਵੈਨਕੂਵਰ ਜੀ, ਸੋ ਵੀਡੀਓ 'ਚ ਬਣੇ ਰਹੋ। ਮੈਂ ਕਿਹਾ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਪਾਣੀ ਵਾਲਾ ਜਹਾਜ਼ ਲੈਂਡ ਹੁੰਦਾ ਦਿਖਾ ਦਈਏ, ਅਤੇ ਇਹਦਾ ਪੈਟਰੋ ਸਟੇਸ਼ਨ ਜਿੱਥੋਂ ਇਹ ਗੈਸ ਭਰਾਉਂਦਾ ਉਹ ਰਿਹਾ, ਅਤੇ ਉੱਥੋਂ ਹੀ ਮੈਨੂੰ ਲੱਗਦਾ ਬੋਟਸ ਵੀ ਗੈਸ ਭਰਾਉਂਦੀਆਂ ਨੇ। ਸੋ ਵੀਡੀਓ ਐਂਡ ਤੱਕ ਦੇਖਿਓ। ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਆਪਣੇ ਪਿੰਡ ਵਾਲੇ ਬਾਈ ਨਾਲ ਘੁੰਮਣ ਆਇਆ ਵੈਨਕੂਵਰ। ਮੇਰਾ ਵੈਸੇ ਪਹਿਲਾਂ ਦੇਖਿਆ ਹੋਇਆ, ਮੈਂ ਦੇਖਿਆ ਹੋਇਆ ਸਟੈਨਲੀ ਪਾਰਕ, ਉਹ ਉਰੇ ਬਹੁਤ ਮੇਨ ਆ। ਉਸ ਤੋਂ ਬਾਅਦ ਮੈਂ ਦੇਖਿਆ ਜਿਹੜਾ ਕੈਪੇ ਲਾ ਲਓ ਕਿਹੜਾ ਸਸਪੈਂਸ਼ਨ ਬ੍ਰਿਜ ਜਿਹਾ, ਉਹ ਵੀ ਕਾਫੀ ਸੋਹਣਾ ਲੱਗਿਆ ਜੀ ਸਾਨੂੰ। ਅਤੇ ਹੁਣ ਮੈਂ ਅੱਜ ਦੇਖਣਾ ਵਾ ਕੈਨੇਡਾ ਪੈਲਸ, ਅਤੇ ਇੱਕ ਕੈਨੇਡਾ ਪਲੇਸ ਆ, ਸੋਰੀ ਕੈਨੇਡਾ ਪਲੇਸ, ਅਤੇ ਦੂਜਾ ਆਪਾਂ ਦੇਖਣਾ ਇੱਕ ਗ੍ਰੈਨਵਿਲ। ਉੱਧਰ ਆ ਜਿਹੜਾ ਵੈਨਕੂਵਰ ਆ ਇਹਦਾ ਪਹਿਲਾ ਨਾਮ ਗ੍ਰੈਨਵਿਲ ਸੀਗਾ, ਅਤੇ ਸੋ ਅੱਜ ਆਪਾਂ ਉਹ ਵੀ ਘੁੰਮਦੇ ਹਾਂ। ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਕੈਨੇਡਾ ਪਲੇਸ ਤੋਂ। ਉਰੇ ਆਪਾਂ ਗੱਡੀ ਪਾਰਕ ਕਰ ਦਿੱਤੀ ਆ ਜੀ, ਉਹ ਉੱਥੇ ਮੀਟਰ ਲੱਗਿਆ ਹੋਇਆ ਪਾਰਕਿੰਗ ਵਾਲਾ। 2.5 ਘੰਟਿਆਂ ਦੇ ਸਾਨੂੰ $20 ਪੈਂਦੇ ਸੀ, ਹੁਣ ਅਸੀਂ 6 ਵਜੇ ਦੀ ਤੱਕ ਲਈ ਆ, ਆਲਮੋਸਟ 6-7 ਘੰਟੇ ਦੀ ਸਾਨੂੰ ਪਾਰਕਿੰਗ ਮਿਲ ਗਈ। ਹੁਣ ਉਰੇ $25 ਕੁਛ ਸੈਂਟ ਹੀ ਸਾਨੂੰ ਪਾਰਕਿੰਗ ਮਿਲੀ ਆ, ਅਤੇ ਤੜਕੇ ਆ ਜਾਵੇ ਤਾਂ ਪਾਰਕਿੰਗ ਉਰੇ ਸੌਖੀ ਮਿਲ ਜਾਂਦੀ ਆ। ਚਲੋ ਹੁਣ ਚੱਲਦੇ ਹਾਂ ਜੀ, ਨਾਲੇ ਘੁੰਮੀਏ ਦੇਖੀਏ ਕੀ ਕਹਿੰਦਾ ਕੈਨੇਡਾ ਪੈਲਸ ਪਲੇਸ। ਜਿਵੇਂ ਇੰਡੀਆ 'ਚ ਜੀ ਟ੍ਰੇਨਾਂ ਚੱਲਦੀਆਂ ਨੇ ਬਿਜਲੀ ਵਾਲੀਆਂ ਤਾਰਾਂ ਵਾਲੀਆਂ, ਉੱਦਾਂ ਦੀ ਉਹ ਬੱਸ ਚੱਲ ਰਹੀ ਆ ਵੈਨਕੂਵਰ ਦੇ ਵਿੱਚ। ਉਹ ਲੋਕੇਸ਼ਨ 'ਤੇ ਜੀ ਆਪਾਂ ਗੱਡੀ ਪਾਰਕ ਕੀਤੀ ਸੀਗੀ, ਹੁਣ ਤੁਸੀਂ ਵਿਊ ਚੈੱਕ ਕਰੋ। ਆਹ ਕਰੂਜ਼, ਵੈਸੇ ਅੱਜ ਸਾਡਾ ਪਲੈਨ ਸੀਗਾ ਵਿਕਟੋਰੀਆ ਆਈਲੈਂਡ ਜਾਣ ਦਾ ਉੱਧਰ, ਅਤੇ ਉੱਥੇ ਫੈਰੀ ਦੇ ਵਿੱਚ ਜਾਂਦੇ ਆ, ਗੱਡੀ ਵੀ ਨਾਲ ਹੀ ਚਲੀ ਜਾਂਦੀ ਆ। ਪਰ ਜਦੋਂ ਫਿਰ ਅਸੀਂ ਟਿਕਟਾਂ ਚੈੱਕ ਕੀਤੀਆਂ ਕੱਲ੍ਹ, ਟਿਕਟਾਂ ਪਹਿਲਾਂ ਹੀ ਬੁੱਕ ਸੀਗੀਆਂ। ਸੋ ਜੇ ਤੁਸੀਂ ਜਾਣਾ ਹੋਵੇ ਉੱਥੇ ਤਾਂ ਤੁਸੀਂ ਪਹਿਲਾਂ ਹੀ ਟਿਕਟਾਂ ਬੁੱਕ ਕਰਾ ਲਿਓ, ਹਫ਼ਤਾ ਪਹਿਲਾਂ ਹੀ ਕਰਾ ਲਿਓ ਚਾਹੇ। ਅਤੇ ਇੱਕ ਹੋਰ ਚੀਜ਼ ਆ, ਉੱਥੇ ਵੀ ਇੰਟਰਨੈਸ਼ਨਲ ਏਅਰਪੋਰਟ ਹੈਗਾ, ਸੋ ਜੇ ਤੁਸੀਂ ਕੈਲਗਰੀ ਟਰਾਂਟੋ ਤੋਂ ਸਿੱਧਾ ਉਤਰਨਾ, ਮੈਂ ਕਹੂੰਗਾ ਪਹਿਲਾਂ ਵਿਕਟੋਰੀਆ ਆਈਲੈਂਡ ਹੀ ਉੱਥੇ ਉਤਰ ਜਾਣਾ ਵੀਰੇ, ਅਤੇ ਉਹ ਘੁੰਮ ਘੁੰਮ ਕੇ ਉਸ ਤੋਂ ਬਾਅਦ ਇੱਧਰ ਨੂੰ ਆ ਜਾਵੇ, ਉਹ ਵੀ ਚੀਜ਼ ਵਧੀਆ। ਅਤੇ ਬਾਕੀ ਹੁਣ ਆਪਾਂ ਆਹ ਜਗ੍ਹਾ ਐਕਸਪਲੋਰ ਕਰਦੇ ਹਾਂ। ਆ ਪਿੱਛੇ ਜਿਹੜੀ ਕਰੂਜ਼ ਜੀ ਖੜੀ ਆ, ਸ਼ਿਪ ਜੀ, ਇਹ ਤਾਂ ਖਾਸੀ ਵੱਡੀ ਆ। ਮੈਨੂੰ ਤਾਂ ਐਂ ਸੀਗਾ ਆਪਾਂ ਸਿਰਫ ਦੂਰੋਂ ਹੀ ਦੇਖਣਾ, ਪਰ ਵੀਰਾ ਕਹਿੰਦਾ ਨਹੀਂ ਆਪਾਂ ਜਹਾਜ਼ 'ਤੇ ਹੀ ਚੜ੍ਹ ਜਾਣਾ ਵਾ। ਸੋ ਚੱਲੀਏ ਵੀਰੇ ਫਿਰ, ਹਾਂਜੀ ਕਰੀਏ ਸਟਾਰਟ। ਚਲੋ ਉੱਧਰ ਭੀੜ ਵੱਧਦੀ ਜਾ ਰਹੀ ਆ, ਉਹ ਦੇਖੋ ਕਿੰਨੇ ਜਾਣੇ ਹੋ ਗਏ ਇਕੱਠੇ। ਵਧੀਆ ਵਿਊ ਵਾਸਤੇ ਜੀ ਆਹ ਵੀ ਹੈਗਾ, ਇੱਧਰ ਦੇਖੋ ਆਹ ਉੱਪਰ ਜਿਵੇਂ ਸੀਜ਼ਨ ਟਾਵਰ ਜਿਹਾ ਹੁੰਦਾ ਉੱਦਾਂ ਦਾ ਬਣਿਆ ਹੋਇਆ ਹਾਰਬਰ ਸੈਂਟਰ। ਬੜੇ ਥੋੜ੍ਹੇ ਸ਼ਹਿਰ ਨੇ ਜੀ ਕੈਨੇਡਾ ਦੇ ਵਿੱਚ ਜਿੱਥੇ ਜਾ ਕੇ ਲੱਗਦਾ ਆਪਾਂ ਨੂੰ ਸੱਚੀ ਆਪਾਂ ਬਾਹਰਲੇ ਦੇਸ਼ ਆ ਗਏ, ਜਿਵੇਂ ਆਪਾਂ ਇਮੈਜਿਨ ਕਰਦੇ ਹੁੰਦੇ ਸੀ, ਵੱਡੀਆਂ ਵੱਡੀਆਂ ਬਿਲਡਿੰਗਾਂ, ਗੋਰੇ ਤੁਰੇ ਫਿਰਦੇ ਆ। ਸੋ ਉੱਦਾਂ ਦਾ ਇੱਕ ਸ਼ਹਿਰ ਹੈਗਾ ਵਾ ਜੀ ਟੋਰਾਂਟੋ, ਅਤੇ ਵੈਨਕੂਵਰ ਵੀ ਸੇਮ ਹੀ ਆ। ਦੇਖਣ ਨੂੰ ਤਾਂ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਉਰੇ, ਸਟਰੀਟ ਦੇ ਉੱਤੇ ਕਾਫੀ ਭੀੜ ਆ, ਕਾਫੀ ਲੋਕ ਨੇ। ਆਹ ਮੈਨੂੰ ਲੱਗਦਾ ਜਿਹੜੀਆਂ ਬੋਟਸ ਨੇ ਉਹੀ ਜਿਹੜੀਆਂ ਟਾਈਟੈਨਿਕ ਦੇ ਵਿੱਚ, ਉਹਨਾਂ ਕੋਲ ਤਾਂ ਦੂਜੀਆਂ ਸੀ ਹਵਾ ਜੀ ਭਰਨ ਵਾਲੀਆਂ ਨਾ, ਇਹ ਵਾਲੀਆਂ ਵਧੀਆ ਨੇ ਜਿਹੜੀਆਂ ਸੇਫਟੀ ਬੋਟਸ ਨੇ। ਬਾਕੀ ਵੀਰਾ ਤਾਂ ਕਹਿੰਦਾ ਵਾ, ਕਹਿੰਦਾ ਆਪਾਂ ਦੂਜੀ ਕਰੂਜ਼ ਜਿਹੜੀ ਉੱਧਰ ਖੜੀ ਆ ਉਹਦੇ ਉੱਪਰ ਜਾ ਸਕਦੇ ਹਾਂ। ਸੋ ਅੱਜ ਦੇਖਦੇ ਆਪਾਂ ਜਾ ਸਕਦੇ ਹਾਂ ਕਿ ਨਹੀਂ। ਜਾ ਸਕਦੇ ਹਾਂ ਵੀਰੇ? ਬਿਲਕੁਲ ਜਾਵਾਂਗੇ ਯਾਰ, ਟਿਕਟ ਹੋਣੀ ਚਾਹੀਦੀ ਆ। ਨਹੀਂ ਨਹੀਂ ਉੱਥੇ ਬਾਦਲ ਹੋਣਾ ਤਾਂ ਚੱਲਦਾ ਨਾ। ਜੇ ਆਪਾਂ ਦੇਖ ਲਓ ਅੱਜ ਉੱਧਰ ਜਾਂਦੇ ਵਿਕਟੋਰੀਆ, ਫਿਰ ਆਪਾਂ ਇਹੋ ਜਿਹੀ 'ਚ ਬਹਿ ਕੇ ਜਾਣਾ ਸੀ, ਇਹੋ ਜਿਹੀ 'ਚ ਤਾਂ ਨਹੀਂ, ਇੱਦੋਂ ਘੱਟ ਸੋਹਣੀ 'ਚ। ਆਹ ਥੱਲੇ ਹੀ ਪ੍ਰੋਵਿੰਸਾਂ ਲਿਖੀਆਂ ਹੋਈਆਂ ਨੇ, ਫਿਰ ਸ਼ਹਿਰ ਜਿਵੇਂ ਜੈਸਪਰ, ਬੈਂਫ, ਆਹ ਫੋਰਟ ਕੈਲਗਰੀ, ਇੱਦਾਂ ਹੀ ਸਾਰੀਆਂ ਪ੍ਰੋਵਿੰਸਾਂ ਲਿਖੀਆਂ ਹੋਈਆਂ ਧੁਰ ਤੱਕ। ਕੈਲਗਰੀ ਵੀ ਪਹੁੰਚ ਗਏ, ਆਹ ਖੜਾ ਐਡਮਿੰਟਨ ਵੀ ਘੁੰਮ ਲਿਆ। ਉਰੇ ਇੱਕ ਉਹ ਜਗ੍ਹਾ ਵੀ ਆ ਜਿੱਥੇ 3D ਵਾਂਗੂ ਉਹ ਘੁੰਮਾਉਂਦੇ ਆ, ਸਾਰਾ ਕੈਨੇਡਾ ਦਿਖਾਉਂਦੇ ਆ, ਤੁਸੀਂ ਕੁਰਸੀਆਂ 'ਤੇ ਬਹਿ ਜਾਂਦੇ ਹੋ, ਕੁਰਸੀਆਂ ਹਵਾ 'ਚ ਹੋ ਜਾਂਦੀਆਂ ਨੇ, ਫਿਰ ਜਿਵੇਂ ਹੁੰਦਾ 7D ਵਾਂਗੂ ਕੁਰਸੀਆਂ ਹਿੱਲ। ਅੱਛਾ ਫਲਾਈਓਵਰ, ਵੀਰੇ ਉਹਨਾਂ ਨੇ ਤਾਂ ਪਹਿਲਾਂ ਕੀਤਾ ਹੋਇਆ, ਮੇਰਾ ਮੂਡ ਜਾਂ ਨਹੀਂ ਬਣ ਰਿਹਾ, ਦੇਖਦੇ ਹਾਂ। ਚਲੋ ਐਨੀਵੇ, ਪਰ ਵਿਊ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ, ਵਰਥ ਇਟ ਆ ਯਾਰ, ਉਰੇ ਜ਼ਰੂਰ ਆਇਓ ਕੈਨੇਡਾ ਪਲੇਸ। ਪਲੇਨ ਵਿੱਚ ਤਾਂ ਆਪਾਂ ਨੂੰ ਪਤਾ ਜੀ ਲਗੇਜ ਉਹ ਟਰਾਲੀਆਂ ਹੀ 'ਤੇ ਰੱਖਦੇ ਆ, ਆ ਇਹਨਾਂ 'ਤੇ ਰੱਖ ਕੇ ਲੈ ਕੇ ਜਾ ਰਹੇ ਨੇ ਸ਼ਿਪ 'ਚੋਂ। ਵੈਸੇ ਪਲੇਨ ਵਾਲੇ ਵੀ ਜਿਹੜੇ ਵੱਡੇ ਹੁੰਦੇ ਆ ਉਹ ਇਹੋ ਜਿਹਾ ਹੀ ਹੁੰਦਾ ਉਹਨਾਂ ਕੋਲ ਸਿਸਟਮ ਜਿਹਾ, ਪਰ ਪ੍ਰੋਬੇਬਲੀ ਜਿਹੜਾ ਆਹ ਇੱਧਰ ਕਰੂਜ਼ ਜਿਹਾ ਖੜਾ, ਇਹਦੇ ਯਾਤਰੀਗਣ ਹੋਣਗੇ। ਸਟਾਰਟਿੰਗ 'ਚ ਆਪਾਂ ਤੁਹਾਨੂੰ ਪਲੇਨ ਲੈਂਡ ਹੁੰਦਾ ਦਿਖਾਇਆ ਸੀਗਾ, ਮੈਂ ਕਿਹਾ ਟੇਕ ਆਫ ਵੀ ਦਿਖਾ ਦਈਏ, ਪਾਣੀ ਦੇ ਉੱਤੇ ਦੇਖ ਲਓ ਪਤਾ ਨਹੀਂ ਕਿਵੇਂ ਕਰਕੇ ਚੱਕ ਦਿੰਦੇ ਆ ਜਹਾਜ਼ ਜੀ। ਇਹ ਬੇਸਿਕਲੀ ਉਰੀ ਗੇੜਾ ਘਟਾਉਂਦੇ ਆ, ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਊਂਗਾ ਵੀ ਕਿੱਦਾਂ ਤੁਸੀਂ ਇਹਦੇ ਵਿੱਚ ਘੁੰਮ ਸਕਦੇ ਹੋ। ਆਹ ਇੱਕ ਹੋਰ ਤੁਸੀਂ ਛੋਟਾ ਜਿਹਾ ਸਮੁੰਦਰੀ ਜਹਾਜ਼ ਦੇਖ ਲਓ ਜੀ, ਆਹ ਦੇਖੋ ਇਹਨਾਂ ਦੀਆਂ ਬੋਟਸ ਇੱਦਾਂ ਦੀਆਂ ਨੇ, ਇਹ ਨੇ ਤਾਂ ਉਹ ਟਾਈਟੈਨਿਕ ਵਾਲੀਆਂ ਸੀਗੀਆਂ ਜਿਹੜੀਆਂ ਉਹ ਪਈਆਂ ਨੇ। ਜਗ੍ਹਾ ਤਾਂ ਸੋਹਣੀ ਹੈਗੀ ਹੈਗੀ ਆ ਜੀ, ਪਰ ਅੱਜ ਮੌਸਮ ਬਹੁਤ ਜ਼ਿਆਦਾ ਵਧੀਆ ਵਾ, ਠੰਡੀ ਠੰਡੀ ਹਵਾ ਚੱਲਦੀ ਆ, ਅਤੇ ਮੌਸਮ ਕਰਕੇ ਜਗ੍ਹਾ ਦੁੱਗਣੀ ਸੋਹਣੀ ਲੱਗਦੀ ਆ। ਇੱਧਰ ਹੈਗਾ ਆਪਣੇ ਆਹ ਦੇਖੋ ਛੋਟੀ ਜਿਹੀ ਸ਼ਿਪ, ਇੱਧਰ ਹੈਗਾ ਵਾ ਵੱਡਾ ਸ਼ਿਪ। ਆ ਯਾਰ ਬਾਹਲਾ ਮਹਿੰਗਾ ਬਣਦਾ ਹੋਣਾ ਨਾ ਵੀਰੇ, ਆਫਰ ਪਾ ਦੀ ਆ, ਪਾ ਦੋ ਇਕੱਠੇ ਹੀ 100 ਦਾ।
$100 ਤੇ ਇਹਨਾਂ ਨੇ ਰਹਿਣ ਨਹੀਂ ਦੇਣਾ ਇੱਕ ਦਿਨ ਉੱਤੇ। ਜਿਹੜੀ ਆ ਵੱਡੀ ਸ਼ਿਪ ਆ ਦੇਖੋ, ਇਹਦੇ ਵਿੱਚ ਬੋਟਸ ਉਦਾਂ ਦੀ ਨੇ ਜਿਹ 'ਚ ਸੀਗੀ, ਅਤੇ ਦੇਖੋ ਸ਼ਿਪ ਨੂੰ ਬੰਨਿਆ ਕਿਵੇਂ ਹੋਇਆ, ਕਿੱਡੀਆਂ ਮੋਟੀਆਂ ਰੱਸੀਆਂ ਨਾਲ, ਉਹ ਦੇਖੋ ਉਹਰੇ ਪਾਏ ਹੋਏ ਆ, ਕਿੱਡੀਆਂ ਤਕੜੀਆਂ ਰੋਪਸ ਨੇ ਜਿਹਨਾਂ ਨਾਲ ਸ਼ਿਪ ਨੂੰ ਬੰਨਿਆ ਹੋਇਆ। ਹਾਲ ਤਾਂ ਐਂਕਰ ਵੀ ਸਿੱਟੇ ਹੋਣਾ, ਐਂਕਰ ਬਾਹਲਾ ਵੱਡਾ ਹੁੰਦਾ ਨਾ ਸ਼ਿਪਸ ਦਾ। ਆਹ ਦੇਖੋ ਜੀ, ਸ਼ਿਪ ਵਾਲੇ ਗ੍ਰੋਸਰੀ ਸ਼ੋਪਿੰਗ ਕਰਕੇ ਆਏ ਨੇ, ਸਪਰਾਈਟ ਠੰਡੇ ਠੁੰਡੇ ਪਏ ਨੇ, ਇੰਨੇ ਪੈਲੇਟ ਰਹਿ ਗਏ, ਬਾਕੀ ਤਾਂ ਇਹਨਾਂ ਨੇ ਚਾੜ੍ਹਤੇ ਦੇਖੋ ਸਾਰੇ। ਵਾਹ ਜੀ ਵਾਹ, ਆਹ ਹਾਹਾ, ਹੁਣ ਸ਼ਾਂਤੀ ਜੀ ਤਾਂ ਆਉਂਦੀ ਹੈ ਨਾ ਵੀਰੇ ਉਰੇ, ਚਾਹ ਹੋਰ ਵੀ ਵਧੀਆ ਲੱਗਣੀ ਸੀ ਉਰੇ ਚਾਹ ਹੁੰਦੀ। ਹਾਂ ਵੀ ਪਤਾ ਨਹੀਂ ਉਹ ਕਿਹੜੇ ਲੋਕ ਨੇ ਜਿਹਨਾਂ ਨੇ ਐਡੇ ਐਡੇ ਸ਼ਿਪ ਬਣਾਤੇ, ਅਤੇ ਇੰਨੇ ਸਟੇਬਲ ਦੇਖੋ, ਕੁਰਸੀਆਂ ਸਾਰੀਆਂ ਪੇਟੀਓ 'ਤੇ ਬਾਹਰ ਹੀ ਰੱਖੀਆਂ ਹੋਈਆਂ ਨੇ, ਹੈ ਨਾ, ਅਤੇ ਆਹ ਪੋਚੇ ਲਾਉਣੇ ਵਾਲਾ ਯੰਤਰ ਸਾਰਾ ਕੁਛ ਬਾਹਰ ਹੀ ਰੱਖਿਆ, ਅਤੇ ਹਿੱਲਦਾ ਵੀ ਹੈ ਨਹੀਂ ਜਦੋਂ ਸ਼ਿਪ ਚੱਲਦੀ ਆ, ਬੰਦੇ ਸੌਂਦੇ ਆ ਅੰਦਰ, ਚਾਹ ਨਹੀਂ ਡੁੱਲਦੀ, ਕੌਫੀ ਨਹੀਂ ਡੁੱਲਦੀ, ਜਿੰਨੀਆਂ ਮਰਜ਼ੀ ਲਹਿਰਾਂ ਹੋਣ ਯਾਰ, ਕਮਾਲ ਦੀ ਉਹ ਗੱਲ ਆ ਯਾਰ, ਹੱਦ ਹੀ ਆ। ਨਾਲੇ ਅਸੀਂ ਇੰਜੀਨੀਅਰਿੰਗ ਕੀਤੀ ਹੋਈ ਆ, ਸਾਨੂੰ ਤਾਂ ਫਿਰ ਵੀ ਪਤਾ, ਪਰ ਵੀ ਔਖਾ ਹੀ ਆ ਕੰਮ। ਆਹ ਦੇਖ ਲਓ ਕਿਵੇਂ ਸਿਸਟਮ ਆ, ਇਹਨਾਂ ਦਾ ਸਮਾਨ ਕਿਵੇਂ ਉੱਪਰ ਰੱਖਦੇ ਆ, ਥੱਲੇ ਰੱਖਦੇ ਆ, ਇੱਧਰ ਆ ਹੁਣ ਚੜ੍ਹਾ ਰਹੇ ਨੇ, ਆਹ ਸਾਰੀ ਗਰੋਸਰੀ ਪਈ ਆ, ਆਹ ਦੇਖੋ ਕਿਉਂ ਪਹਿਲੀ ਵਾਰੀ ਦੇਖੀ ਆ ਯਾਰ ਬੋਟ ਇੰਨੀ ਨੇੜੇ, ਅਤੇ ਜਿੱਥੇ ਆਪਾਂ ਖੜ੍ਹੇ ਹਾਂ ਵੀ ਇੱਕ ਤਰੀਕੇ ਦਾ ਬੋਟ ਜਿਹਾ ਹੈ ਹੀ ਆ, ਦੇਖੋ ਉੱਪਰੋਂ ਫੇਰ ਰੱਖਤਾ, ਉੱਧਰ ਅੰਦਰ ਵੀ ਉਹ ਚੜ੍ਹਾਈ ਹੋਈ ਆ ਇਹਨਾਂ ਨੇ ਫੋਰਕ ਲਿਫਟ, ਉਹ ਦੇਖੋ ਅੰਦਰੋਂ ਸਮਾਨ ਜਿਹਾ ਚੱਕ ਕੇ ਲੈ ਜਾਂਦੇ ਨੇ। ਉਹ ਦੇਖੋ ਜੀ ਬੈੱਡ ਲੱਗੇ ਹੋਏ ਨੇ, ਸੋ ਆਹ ਸਾਰੇ ਰੂਮ ਨੇ, ਇੱਧਰ ਕੁਰਸੀਆਂ ਲੱਗੀਆਂ ਹੋਈਆਂ ਨੇ, ਅਤੇ ਜਿਹੜੇ ਇੱਦਾਂ ਦੇ ਰੂਮ ਹੁੰਦੇ ਆ ਜਿਹੜੇ ਬਾਹਰ ਵਾਲੇ ਪਾਸੇ, ਸਾਰੇ ਆ ਰੂਮ ਨੇ, ਇਹਨਾਂ ਦਾ ਰੈਂਟ ਜ਼ਿਆਦਾ ਹੁੰਦਾ ਵਾ, ਇਹਨਾਂ ਦਾ ਕਿਰਾਇਆ ਜ਼ਿਆਦਾ ਆ ਜੇ ਤੁਸੀਂ ਘੁੰਮਣ ਜਾਣਾ ਵਾ, ਜਿਹੜੇ ਅੰਦਰਲੇ ਨੇ ਉਹਨਾਂ ਦਾ ਘੱਟ ਹੁੰਦਾ ਵਾ। ਆਹ ਬੜੀ ਇੰਟਰਸਟਿੰਗ ਚੀਜ਼ ਲਿਖੀ ਹੋਈ ਹੈ ਜੀ, ਕੈਨੇਡੀਅਨ ਆਪਣੀ ਪੋਲਾਈਟਨੈਸ ਕਰਕੇ ਜਾਣੇ ਜਾਂਦੇ ਆ, ਉਹਦੇ ਲਿਖਿਆ ਆ ਨੋਟ ਆਲ ਕੈਨੇਡੀਅਨਸ ਆਰ ਪੋਲਾਈਟ, ਇਫ ਯੂ ਸੇ ਕੈਨੇਡਾ ਗੂਜ਼ ਸੋ ਗੂਜ਼, ਇੱਦਾਂ ਦਾ ਵਰਡ ਜਿਹਾ ਹੁੰਦਾ ਵਾ, ਪਲੀਜ਼ ਡੂ ਨੋਟ ਅਪਰੋਚ, ਗੂਜ਼ ਕੈਨ ਬਿਕਮ ਅਗਰੈਸਿਵ। ਉਹ ਸੱਚੀ ਗੱਲ ਹੈ, ਪੈ ਜਾਂਦੇ ਨੇ ਵੀਰੇ ਪਿੱਛੇ, ਤੁਹਾਡੇ ਮਗਰ ਪਿਆ, ਮੇਰੇ ਮਗਰ ਪਏ ਹੋਏ ਨੇ, ਵੀਡੀਓ ਵੀ ਹੈਗੀ ਆ ਸ਼ੈਰੀਡਨ ਕਾਲਜ ਵਾਲੀ, ਉਹਦੇ ਵਿੱਚ ਸਾਡੇ ਮਗਰ ਬਹੁਤ ਪੈਂਦੇ ਆ, ਇਹ ਦੰਦੀ ਵੀ ਵੱਢ ਲੈਂਦੇ ਨੇ, ਖਤਰਨਾਕ ਚੀਜ਼ ਹੈ ਵੀ। ਕੈਨੇਡਾ ਪਲੇਸ ਦੇ ਸਾਹਮਣੇ ਹੋਈ ਹੌਪ ਆਨ ਹੌਪ ਆਫ ਬੱਸ ਚੱਲਦੀ ਆ, ਜਿਵੇਂ ਟੋਰਾਂਟੋ ਦੇ ਵਿੱਚ ਡਬਲ ਡੈਕਰ ਬੱਸ ਚੱਲਦੀ ਆ, ਸੋ ਜੇ ਤੁਸੀਂ ਪੂਰਾ ਸ਼ਹਿਰ ਦੇਖਣਾ ਚਾਹੁੰਦੇ ਹੋ, ਕਿਤੇ ਵੀ ਚੜ੍ਹੋ ਬੱਸ 'ਚ, ਕਿਤੇ ਵੀ ਉੱਤਰ ਦੇਖੋ, ਕਿ ਲਗਾਤਾਰ ਕਈ ਬੱਸਿਸ ਚੱਲਦੀਆਂ ਰਹਿੰਦੀਆਂ ਨੇ, ਸੋ ਉਹਦੀ ਟਿਕਟ ਤੁਸੀਂ ਉਰੋਂ ਖਰੀਦ ਸਕਦੇ ਹੋ, ਇੱਦਾਂ ਦੀ ਬੱਸ ਹੁੰਦੀ ਆ, ਸੋ ਚੜ੍ਹ ਜਾਓ, ਦੇਖੋ ਕਿੰਨੇ ਲੋਕ ਆ ਵੈਨਕੂਵਰ ਘੁੰਮਦੇ ਫਿਰਦੇ ਨੇ, ਅਤੇ ਇਹੀ ਜਗ੍ਹਾ 'ਤੇ ਸੇਮ ਉੱਥੋਂ ਹੀ ਫ੍ਰੀ ਸ਼ਟਲ ਚੱਲਦੀਆਂ ਨੇ ਜੀ ਕੈਪੀਲਾਨੋ ਬ੍ਰਿਜ ਨੂੰ। ਜੇ ਤੁਸੀਂ ਇਹ ਵਲੌਗ ਦੇਖਿਆ ਨਹੀਂ ਹੈਗਾ ਤਾਂ ਮੇਰਾ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ, ਅਸੀਂ ਪਹਿਲਾਂ ਵੈਨਕੂਵਰ ਘੁੰਮਣ ਆਏ ਸੀ ਤਾਂ ਆਪਾਂ ਇਹ ਤੁਹਾਨੂੰ ਸਸਪੈਂਸ਼ਨ ਬ੍ਰਿਜ ਘੁੰਮਾਇਆ ਸੀਗਾ, ਸੋ ਆਹ ਉਰੇ ਖੜ ਕੇ ਤੁਸੀਂ ਆਪਣੀ ਕੈਪੀਲਾਨੋ ਬ੍ਰਿਜ ਨੂੰ ਸਿੱਧੀ ਟਿਕਟ ਲੈ ਸਕਦੇ ਹੋ, ਸੋ ਇੱਕ ਦਿਨ 'ਚ ਤੁਸੀਂ ਇਹ ਸਾਰੀਆਂ ਚੀਜ਼ਾਂ ਕਵਰ ਕਰ ਸਕਦੇ ਹੋ। ਅਗੇਨ ਉਹ ਦੇਖੋ ਆਪਣਾ ਸਟਰੀਟ ਆਰਟਿਸਟ ਖੜ੍ਹਾ ਇੱਕ ਬਾਈ, ਅਤੇ ਮੈਂ ਤੁਹਾਨੂੰ ਬੱਸ ਵੀ ਦਿਖਾ ਦਿੰਦਾ ਜਿਹੜੀ ਫ੍ਰੀ ਸ਼ਟਲ ਚੱਲਦੀ ਆ, ਆਹ ਵਾਲੀ ਆ, ਸੋ ਇਹ ਫ੍ਰੀ ਸ਼ਟਲ ਬੇਸਿਕਲੀ ਤੁਹਾਨੂੰ ਤਾਂ ਮਿਲੂਗੀ ਜੇ ਤੁਸੀਂ ਕੈਪੀਲਾ ਨੂੰ ਜਾ ਕੇ ਉੱਥੇ ਫਿਰ $70 ਦੀ ਟਿਕਟ ਲਉਂਗੇ, ਜਿਹੜਾ ਸਾਰਾ ਬ੍ਰਿਜ ਬ੍ਰੁਜ ਦੇਖਣਾ ਵਾ ਉਹ ਚੀਜ਼ਾਂ, ਅਤੇ ਵਿਊ ਤੁਸੀਂ ਚੈੱਕ ਕਰ ਲਓ ਜੀ ਕਿੰਨਾ ਸੋਹਣਾ ਨਜ਼ਾਰਾ ਆਇਆ ਪਿਆ ਜਗ੍ਹਾ ਦੀ, ਸੱਚੀ ਉਹ ਵਾਈਬ ਬਹੁਤ ਸੋਹਣੀ ਆ ਜੀ। ਇੱਕ ਮੈਂ ਚੀਜ਼ ਉਰੇ ਨੋਟਿਸ ਕੀਤੀ ਆ, ਇੱਧਰ ਪੂਰੇ ਵੈਨਕੂਵਰ ਸਰੀ ਲੈਂਗਲੀ ਕਾਲੇ ਬਹੁਤ ਘੱਟ ਨੇ, ਐਜ਼ ਬਲੈਕ ਕਮਿਊਨਿਟੀ ਉਰੇ ਕਾਫੀ ਘੱਟ ਆ ਐਜ਼ ਕੰਪੇਅਰ ਟੂ ਜਿੱਦਾਂ ਆਪਣੇ ਉੱਧਰ ਟੋਰਾਂਟੋ 'ਚ ਆ, ਬਰੈਂਪਟਨ ਦੇ ਵਿੱਚ ਆ, ਅਤੇ ਜਗ੍ਹਾ ਜਿਹਾ ਸੋਹਣੀ ਆ, ਵਾਲੀ ਹੱਲ ਹੈ ਸਾਰੇ ਕਿਤੇ, ਕੁਛ ਨਾ ਕੁਛ ਆ ਡੈਕੋਰੇਸ਼ਨ ਵੀ ਵਧੀਆ ਰੱਖਿਆ ਹੋਇਆ, ਪਤਾ ਨਹੀਂ ਕੀ ਆ, ਅਤੇ ਇੱਧਰਲੇ ਪਾਸੇ ਸਬਵੇ ਇੱਦਾਂ ਦੇ ਹੋਟਲਸ ਵਗੈਰਾ ਹੈਗੇ ਨੇ। ਫਿਰ ਲੋਕੇਸ਼ਨ ਤਾਂ ਮੈਂ ਕਹਿੰਦਾ ਨਜ਼ਾਰਾ ਆ ਗਿਆ ਜਾ ਕੇ, ਮੈਂ ਕਹਿੰਦਾ ਵਧੀਆ ਹੋਇਆ ਵੀਰੇ, ਵਿਕਟੋਰੀਆ ਆਈਲੈਂਡ ਫਿਰ ਕਦੇ ਘੁੰਮਾਂਗੇ, ਆਹ ਜਗ੍ਹਾ ਰਹਿ ਗਈ ਸੀ ਮੇਰੀ ਘੁੰਮਣ ਵਾਲੀ। ਇੱਧਰ ਜੇ ਤੁਸੀਂ ਜਹਾਜ਼ 'ਤੇ ਝਾਂਟੀ ਲੈਣੀ ਆ, ਥੋੜ੍ਹੇ ਜ਼ਿਆਦਾ ਪੈਸੇ ਆਏ ਹੋਏ ਨੇ, ਫਿਰ ਤੁਸੀਂ ਇੱਧਰ ਆ ਸਕਦੇ ਹੋ, ਇੱਦਾਂ ਥਾਂ ਥਾਂ 'ਤੇ ਬੋਰਡਸ ਵਗੈਰਾ ਲੱਗੇ ਹੋਏ ਨੇ, ਕੁਛ ਨਾ ਕੁਛ ਲਿਖਿਆ ਹੋਇਆ, ਵਾਹ ਦੇਖੋ ਮੈਨੂੰ ਲੱਗਦਾ ਇੱਕ ਜਹਾਜ਼ ਉੱਤਰਿਆ ਇੱਕ ਚੜ੍ਹ ਰਿਹਾ ਹੁਣ, ਅਤੇ ਉਹ ਰਿਹਾ ਉਹ ਕਿਸ਼ਤੀਆਂ ਕੁਸ਼ਤੀਆਂ ਦੀ ਗੈਸ ਭਰਨ ਨੂੰ ਆ ਕਿ ਜਹਾਜ਼ਾਂ ਦੀ, ਪਤਾ ਨਹੀਂ ਕੁਛ ਵੀ ਆ, ਅਤੇ ਪਰ ਗੋਰਿਆਂ ਦਾ ਯਾਰ ਬੈਠਣ ਨੂੰ ਜਗ੍ਹਾ ਬਹੁਤ ਸੋਹਣੀ ਬਣਾਈ ਆ, ਕੁਰਸੀਆਂ ਨੇ, ਕੋਈ ਟਿਕਟ ਨਹੀਂ, ਕਿਤੇ ਵੀ ਘੁੰਮੋ ਤੁਸੀਂ ਯਾਰ, ਬਾਹਲਾ ਸੋਹਣਾ ਲੱਗਿਆ। ਆਹ ਦੇਖੋ ਜੀ, ਉਰੇ ਬਾਈਕ ਰੈਂਟਰ ਵਾਲੇ ਬਹੁਤ ਨੇ, ਜਿੱਥੋਂ ਮਰਜ਼ੀ ਬਾਈਕ ਚੱਕੋ ਘੁੰਮੋ, ਸਟੈਨਲੀ ਪਾਰਕ ਵੀ ਹੈਗੀ ਆ ਇਹ ਚੀਜ਼ ਯਾਰ, ਗੋਰੇ ਹੈ ਨਾ ਕਿਵੇਂ ਬਸ ਬੈਠੇ ਨੇ ਆਰਾਮ ਨਾਲ, ਉਹ ਦੇਖੋ ਟੌਰ ਨਾਲ, ਇਹਨਾਂ ਦਾ ਕਲਚਰ ਆ ਇਹ, ਬਹਿ ਕੇ ਉਰੇ ਖਾ ਲਿਆ, ਇਹ ਨਹੀਂ ਨਾਲ ਪਰੌਂਠੇ ਲੈ ਕੇ ਆਉਂਦੇ, ਉੱਪਰ ਛਤਰੀਆਂ ਲਾਈ ਬੈਠੇ ਆ ਵੀ, ਘਰੋਂ ਹੀ ਪਰੌਂਠੇ 'ਤੇ ਚਾਹ ਲੈ ਆਏ, ਇਹ ਬਾਹਰ ਹੀ ਖਾ ਕੇ ਰਾਜ਼ੀ ਨੇ। ਆਹ ਚੱਲਿਆ ਜੀ ਇੱਕ ਹੋਰ ਜਹਾਜ਼ ਔਨਲਾਈਨ, ਆਪਾਂ ਟਿਕਟ ਦੇਖੀ ਆ, ਕੋਈ ਬਾਹਲੀ ਮਹਿੰਗੀ ਨਹੀਂ ਹੈਗੀ, $150 ਦੀ ਹੋਈ ਆ, ਉਹ ਵੀ ਅਡਲਟ ਵਾਸਤੇ, ਅਤੇ ਬੱਚਿਆਂ ਵਾਸਤੇ $84-85 ਦੀ ਆ, ਨੋਟ ਬੈਡ। ਉਹ ਰਹੀ ਆਪਣੇ
ਸਿੱਖ ਵੀਰਾਂ ਦੀ ਫੋਟੋ ਲੱਗੀ ਹੋਈ ਆ, ਦਿਖਾਉਂਦੇ ਹਾਂ ਤੁਹਾਨੂੰ ਕੀ ਲਿਖਿਆ ਹੋਇਆ। ਆਹ ਉਰੇ ਜੀ ਡੋਨੇਟ ਕੀਤਾ ਗਿਆ ਵਾ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ BC, ਫੰਡਡ ਬਾਏ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ। May 23, 1914 ਨੂੰ ਕਾਮਾਗਾਟਾ ਮਾਰੂ ਜਿਹੜੀ ਸ਼ਿਪ ਆ ਉਹ ਆਉਂਦੀ ਆ ਉਰੇ ਵਾਇਆ ਕ੍ਰੋਸਿੰਗ ਫਰੋਮ ਹਾਂਗਕਾਂਗ ਵਾਇਆ ਜਪਾਨ। 376 ਇੰਡੀਅਨਸ ਸੀਗੇ ਉਹਦੇ ਵਿੱਚ ਆਪਣੇ ਬੰਦੇ, ਅਤੇ ਜਿਨ੍ਹਾਂ ਨੇ ਉਰੇ ਐਂਟਰੀ ਲੈਣ ਦੀ ਟਰਾਈ ਕੀਤੀ ਕਿਉਂਕਿ ਉਹ ਐਜ਼ ਆ ਲਾਈਕ ਅ ਸਿਟੀਜ਼ਨ ਆਫ ਬ੍ਰਿਟਿਸ਼ ਅੰਪਾਇਰ, ਪਰ ਉਹਨਾਂ ਨੂੰ ਉਰੇ ਇਹਨਾਂ ਨੇ ਉਤਰਨ ਨਹੀਂ ਦਿੱਤਾ ਸੀਗਾ, ਪ੍ਰੋਪਰ ਅੰਦਰ ਐਕਸੈਪਟ ਨਹੀਂ ਕੀਤਾ ਸੀਗਾ। ਫਿਰ ਡਿਊਰਿੰਗ ਦਿਸ ਟਾਈਮ ਖਾਲਸਾ ਦੀਵਾਨ ਸੁਸਾਇਟੀ ਆ ਇਹਨਾਂ ਨੇ ਜਿਹੜੇ ਪੈਸੈਂਜਰ ਸੀਗੇ ਜਿਹੜੇ ਯਾਤਰੀ ਸੀਗੇ ਸਾਰੇ ਉਹਨਾਂ ਨੂੰ ਭੋਜਨ ਛਕਾਇਆ, ਪਾਣੀ ਪਿਲਾਇਆ। ਫਿਰ July 23 ਨੂੰ ਜਿੰਨੇ ਪੈਸੈਂਜਰ ਸੀਗੇ ਉਹਨਾਂ ਸਾਰਿਆਂ ਨੂੰ ਸੈਂਟ ਬੈਕ ਟੂ ਇੰਡੀਆ। ਫਿਰ ਕਾਮਾਗਾਟਾ ਮਾਰੂ ਇੰਸੀਡੈਂਟ ਵਾਜ਼ ਆ ਕੈਟਲਿਸਟ ਫੋਰ ਚੇਂਜ ਟੂ ਕੈਨੇਡੀਅਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਲਾਜ਼। ਸੋ ਇਹ ਜਿਹੜਾ ਮੋਨਿਊਮੈਂਟ ਆ ਇਹ ਰਿਫਲੈਕਟ ਕਰਦਾ ਵਾ ਵੀ ਅੱਜ ਤਾਂ ਹੀ ਕੈਨੇਡਾ ਦੇ ਵਿੱਚ ਸਾਰੇ ਧਰਮਾਂ ਜਾਤਾਂ ਪਾਤਾਂ ਅਤੇ ਖਾਸ ਕਰਕੇ ਜਿਹੜੇ ਧਰਮ ਨੇ ਉਹਨਾਂ ਦੇ ਟ੍ਰੈਡੀਸ਼ਨ ਨੂੰ ਵੀ ਬਹੁਤ ਰਿਸਪੈਕਟ ਦਿੱਤੀ ਜਾਂਦੀ ਆ। ਅਤੇ ਮੈਂ ਜੇ ਤੁਹਾਨੂੰ ਆ ਇੱਧਰ ਦਿਖਾਵਾਂ, ਇੱਧਰ ਦੇਖੋ ਆਪਣੇ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਸਿੰਘਾਂ ਦੇ, ਜਿਹੜੇ ਮੈਨੂੰ ਲੱਗਦਾ ਇਹ ਸ਼ਿਪ ਦੇ ਵਿੱਚ ਸੀਗੇ, ਤੁਸੀਂ ਦੇਖ ਸਕਦੇ ਹੋ। ਅਰਜਨ ਸਿੰਘ, ਬੇਅੰਤ ਸਿੰਘ, ਪਾਲ ਸਿੰਘ, ਭਗਵਾਨ ਸਿੰਘ, ਸਾਰਿਆਂ ਦੇ ਨੇਮਸ ਇੱਦਾਂ ਲਿਖੇ ਹੋਏ ਨੇ। ਸੋ ਆਹ ਜਿਹੜੀ ਜਗ੍ਹਾ ਉਰੇ ਬਣਾਈ ਜੀ, ਕਹਿੰਦੇ ਇਹ ਤੋਂ 1 ਕਿਲੋਮੀਟਰ ਦੂਰ ਹੀ ਸ਼ਿਪ ਨੂੰ ਰੋਕ ਲਿਆ ਗਿਆ ਸੀ ਅਤੇ ਉੱਥੇ ਹੀ ਰੱਖਿਆ ਗਿਆ ਸੀਗਾ ਜਿਹੜਾ ਸ਼ਿਪ ਆਇਆ ਸੀਗਾ ਉਹ ਵਾਲਾ। ਅਤੇ ਆਪ ਉਰੇ ਦੀ ਮਤਲਬ ਪਾਰਲੀਮੈਂਟ 'ਚ ਕਹਿ ਲਓ ਵਾਰ ਵਾਰ ਇਹਦੇ ਪ੍ਰਤੀ ਉਹਨਾਂ ਨੇ ਮਾਫ਼ੀ ਮੰਗੀ ਆ, ਹਰੇਕ ਵਾਰੀ ਉਹ ਹਮੇਸ਼ਾ ਅਪੋਲੋਜੀ ਕਰਦੇ ਆ ਜਦੋਂ ਵੀ ਇਹ ਦਿਨ ਆਉਂਦਾ ਵਾ ਵੀ ਯਾਰ ਸਾਡੇ ਕੋਲੋਂ ਇਹ ਗਲਤੀ ਹੋਈ ਸੀ, ਅਸੀਂ ਉਹਨਾਂ ਨੂੰ ਮੋੜਤਾ ਸੀਗਾ ਇੰਡੀਅਨਸ ਨੂੰ, ਅਤੇ ਇੰਡੀਅਨਸ ਦੇ ਵਿੱਚ ਵੀ ਆਪਣੇ ਹੀ ਸਾਰੇ ਸਿੱਖ ਹੀ ਸੀਗੇ। ਆਹ ਦੇਖੋ ਜਿਵੇਂ ਇੰਡੀਆ 'ਚ ਖੂਹਾਂ ਵਾਲਾ ਸਿਸਟਮ ਸੀਗਾ, ਪਿੱਛੇ ਉਹੀ ਪੱਖਾ ਜਿਹਾ ਲਾਇਆ ਹੋਇਆ ਜਿਹੜਾ ਸਾਡੇ ਪਿੰਡ ਵਾਲੀ ਜਿਹੜੀ ਨਹਿਰ ਜਾਂਦੀ ਆ ਉਹਦੇ ਕੋਲ ਆ, ਜਮ੍ਹਾਂ ਉਹੋ ਜਿਹੇ ਸਿਸਟਮ ਕੀਤਾ ਹੋਇਆ ਟਿੰਡਾਂ ਵਾਲਾ। ਹਾਂ ਟਿੰਡਾਂ ਵਾਲਾ ਬਾਹਲੀਆਂ ਟੈਸਟ ਲਾ ਰਹੇ ਨੇ ਬਾਹਲੀਆਂ। ਕੈਨੇਡਾ ਪੈਲਸ ਤੋਂ ਜੀ ਗ੍ਰੈਨਵਿਲ ਆਈਲੈਂਡ ਸੀਗਾ ਜਿਹੜਾ ਉਹ ਤੁਰ ਕੇ ਸੀਗਾ ਆਪਣਾ, 25 ਮਿੰਟ ਦੀ ਵਾਕ ਸੀਗੀ। ਸੋ ਅਸੀਂ ਤੁਰ ਕੇ ਹੀ ਆ ਗਏ, ਗੱਡੀ ਆਪਣੀ ਉੱਥੇ ਹੀ ਪਾਰਕ ਲਾਈ ਹੋਈ ਆ। ਅਤੇ ਉਰੇ ਆ ਕੇ ਅਸੀਂ ਦੇਖਦੇ ਸੀ ਵੀ ਤੁਰਨ ਨੂੰ ਰਾਹ ਹੈਗਾ ਕੋਈ ਉੱਥੇ, ਪਰ ਉਹ ਆਈਲੈਂਡ ਇਸ ਕਰਕੇ ਆਪਾਂ ਨੂੰ ਆਹ ਬੋਟ ਜੀ ਲੈ ਕੇ ਜਾਣੀ ਪੈਣੀ ਆ ਜਿਹੜੀ ਆ ਏਅਰ ਬੱਸ ਬਣੀ ਹੋਈ ਆ। ਆਹ ਬਾਈ ਨਾਲ ਗੱਲ ਹੋਈ ਸੀਗੀ, ਉਰੇ ਹੀ ਜਾਂਦੇ ਸੀ ਇਹ। ਇਹ ਕਹਿੰਦਾ ਮੈਂ ਚਾਈਨਾ ਤੋਂ ਮੰਗਾਈਆਂ ਨੇ ਆਹ ਪੈਡਲ, ਕਿਹੜੀ ਕਹਿੰਦਾ ਸੀਗਾ ਪੈਡਲ ਬੋਟ ਖਾਣੀ ਕਿਹੜੀ, $500 ਦੀਆਂ ਮੰਗਾ ਲਈਆਂ ਕਹਿੰਦਾ, ਪਰ ਰਿਸਕੀ ਜਿਹਾ ਲੱਗ ਰਹੇ ਨੇ, ਡਰਦੇ ਹੀ ਜਾਂਦੇ ਆ। ਜਿਹੜੇ ਆਹ ਅਪਾਰਟਮੈਂਟਾਂ 'ਚ ਰਹਿੰਦੇ ਆ ਖਾਸ ਕਰਕੇ ਜਿਹਨਾਂ ਦਾ ਆਹ ਵਾਲਾ ਫਲੋਰ ਆ ਉਹਨਾਂ ਨੂੰ ਪੈਸੇ ਬਾਹਲੇ ਦੇਣੇ ਪੈਂਦੇ ਆ, ਪਰ ਵਿਊ ਬਹੁਤ ਸੋਹਣਾ ਉਹਨਾਂ ਵਾਸਤੇ ਉੱਠਦੀ ਸਾਰੀ ਠੰਡੀ ਠੰਡੀ ਹਵਾ। ਪਰ ਪੰਗਾ ਆਇਆ ਜਦੋਂ ਸੁਨਾਮੀ ਵਗੈਰਾ ਆਉਂਦੀ ਆ ਸਭ ਤੋਂ ਪਹਿਲਾਂ ਇਹ ਬਿਲਡਿੰਗਾਂ ਡੈਮੇਜ ਹੁੰਦੀਆਂ ਨੇ, ਉਰੇ ਤਾਂ ਆਉਂਦੀ ਨਹੀਂ ਆਵੇ ਵੀ ਨਾ, ਪਰ ਉਹ ਗੱਲ ਆ। ਸੋ ਉਰੋਂ ਗ੍ਰੈਨਵਿਲ ਆਈਲੈਂਡ ਦੀ ਟਿਕਟ ਹੈਗੀ ਆ ਜੀ ਅਡਲਟ ਦੀ $4.5 ਦੀ ਇੱਕ ਪਾਸੇ ਦੀ, ਜੇ ਆਪਾਂ ਆਉਣ ਜਾਣ ਕਰਨਾ ਵਾ ਅਪ ਡਾਊਨ, ਫਿਰ ਹੈਗੀ ਆਪਣੀ $7.5 ਦੀ। ਸੋ ਆਪਾਂ ਆਉਣ ਜਾਣ ਕਰਨਾ ਬੋਟ 'ਚ ਬਹਿ ਗਏ ਆਪਾਂ, ਟਿਕਟਾਂ ਲਈ ਉੱਥੇ ਬੋਟ ਦੇ ਮੂਹਰੇ ਲਾਈਨ ਬਣੀ ਹੋਈ ਸੀਗੀ, ਪਰ ਆਪਾਂ ਨੂੰ ਉਹਦੇ ਵਿੱਚ ਖੜਨ ਦੀ ਲੋੜ ਨਹੀਂ ਹੈਗੀ, ਬੋਟ ਦੇ ਵਿੱਚੋਂ ਸਿੱਧੀਆਂ ਵੀ ਟਿਕਟਾਂ ਦੇਈ ਜਾਂਦੇ ਨੇ। ਲਓ ਜੀ ਆਪਾਂ ਪਹੁੰਚ ਗਏ ਗ੍ਰੈਨਵਿਲ ਆਈਲੈਂਡ 'ਤੇ, ਤੁਹਾਨੂੰ ਦਿਖਾਉਂਦੇ ਹੁਣ। ਗ੍ਰੈਨਵਿਲ ਆਈਲੈਂਡ ਦੀ ਜੀ ਇੱਕ ਮੇਨ ਅਟਰੈਕਸ਼ਨ ਹੈਗੀ ਹੈ ਇੱਥੋਂ ਦੀ ਪਬਲਿਕ ਮਾਰਕੀਟ, ਇਹਦੇ ਵਿੱਚ ਬਹੁਤ ਸਾਰਾ ਸਮਾਨ ਮਿਲਦਾ ਵਾ, ਤੁਹਾਨੂੰ ਅੰਦਰ ਚੱਲ ਕੇ ਦਿਖਾਉਂਦੇ ਹਾਂ। ਸੋ ਜੇ ਤੁਸੀਂ ਉਰੇ ਆਏ ਤਾਂ ਇਹ ਮਾਰਕੀਟ ਦੇ ਵਿੱਚ ਇੱਕ ਵਾਰੀ ਜ਼ਰੂਰ ਗੇੜਾ ਦੇ ਕੇ ਜਾਇਓ, ਉਰੇ ਭਾਂਤ ਭਾਂਤ ਦੀਆਂ ਚੀਜ਼ਾਂ ਅਵੇਲੇਬਲ ਨੇ। ਤੁਹਾਨੂੰ ਫਰੂਟ ਚਾਹੀਦਾ ਉਰੇ ਫਰੂਟ ਮਿਲ ਜੂਗਾ, ਤੁਸੀਂ ਕੁਛ ਖਾਣ ਲਈ ਲੈਣਾ, ਕੋਈ ਸੋਵੀਨੀਅਰ ਲੈਣਾ, ਪਰਸ ਲੈਣੇ ਆ, ਸਟੋਨਸ ਲੈਣੇ ਆ, ਪਾਸਤਾ ਲੈਣਾ, ਤੁਸੀਂ ਸੋਚੋ ਤੁਹਾਨੂੰ ਉਰੇ ਸਾਰਾ ਕੁਛ ਮਿਲ ਜੂਗਾ। ਉਰੇ ਦੇਖੋ ਮੀਟ ਪਿਆ ਵਾ, ਬੇਕਨ ਪਿਆ, ਸੌਸੇਜਸ ਪਈਆਂ ਨੇ, ਅਗੇਨ ਆ ਫਰੂਟਸ, ਸਬਜ਼ੀਆਂ ਵੀ ਹੈਗੀਆਂ ਨੇ, ਮੱਛੀ ਮਾਰਕੀਟ ਵੀ ਸੀ ਉਰੇ ਬਹੁਤ ਵੱਡੀ, ਅਤੇ ਮੱਛੀ ਮਾਰਕੀਟ ਵਰਗੀ ਉਰੇ ਸਮੈਲ ਆ ਰਹੀ ਸੀਗੀ ਉਹ ਕਾਰਨਰ ਦੇ ਉੱਤੋਂ। ਇੱਦਾਂ ਉਰੇ ਜਿਹੜੇ ਆਪਣੇ ਸਟਰੀਟ ਆਰਟਿਸਟ ਨੇ ਆਪਣੀ ਪਰਫੋਰਮੈਂਸਿਸ ਦਿੰਦੇ ਰਹਿੰਦੇ ਆ। ਬਾਕੀ ਜੇ ਆਪਾਂ ਆਈਲੈਂਡ ਦੀ ਗੱਲ ਕਰੀਏ ਤਾਂ ਇਹਦੇ ਉੱਤੇ ਬਹੁਤ ਹੀ ਸਟੋਰਸ ਨੇ ਜੀ, ਬਹੁਤ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਮਾਰਕੀਟਸ ਨੇ, ਲੋਕ ਦਾਰੂ ਦੂਰੂ ਪੀਣ ਦਾ ਸ਼ੌਕੀਨ ਨੇ ਜਿਹੜੇ, ਉਰੇ ਦਾਰੂ ਬੀਅਰ ਇਹੋ ਜਿਹੀਆਂ ਬਹੁਤ ਹੀ ਜ਼ਿਆਦਾ ਦੁਕਾਨਾਂ ਹੀ ਸੀਗੀਆਂ। ਆਹ ਸਾਈਕਲ ਆਏ ਤੁਸੀਂ ਕਿਤੋਂ ਵੀ ਵੈਨਕੂਵਰ ਦੇ ਵਿੱਚ ਜੇ ਹੈਗੇ ਹੋ, ਘੁੰਮਦੇ ਫਿਰਦੇ ਹੋ, ਚੱਕੋ ਅਤੇ ਵਾਪਸ ਸਟੈਂਡ 'ਤੇ ਕਿਤੇ ਵੀ ਲਾ ਸਕਦੇ ਹੋ, ਇਹਦਾ ਬਸ ਰੈਂਟ ਹੁੰਦਾ ਵਾ। ਅਤੇ ਆਹ ਸਟਰੀਟ ਜੀ ਮੈਨੂੰ ਬਹੁਤ ਪਿਆਰੀ ਲੱਗੀ, ਸਾਈਡਾਂ 'ਤੇ ਫਲਾਵਰ ਟੰਗੇ ਹੋਏ ਸੀਗੇ, ਉੱਪਰ ਆਹ ਬੱਲਬ ਜੇ ਲੱਗੇ ਹੋਏ ਸੀਗੇ,
रात ਨੂੰ ਇਹ ਆਈਲੈਂਡ ਮੈਨੂੰ ਲੱਗਦਾ ਦਿਨ ਨਾਲੋਂ ਜ਼ਿਆਦਾ ਸੋਹਣਾ ਲੱਗਦਾ ਹੋਊਗਾ। ਇਹ ਆਈਲੈਂਡ ਬਣਿਆ ਤਾਂ ਸੋਹਣਾ ਹੋਇਆ ਜੀ, ਰੰਗ ਜੇ ਦੇਖੋ ਤੁਸੀਂ ਇੱਧਰ, ਯੈਲੋ ਬਲੂ ਗ੍ਰੀਨ ਰੈੱਡ, ਖਾਸ ਕਰਕੇ ਜਿਹੜੇ ਲੋਕ ਲਾਈਕ ਫੂਡ ਨੂੰ ਜ਼ਿਆਦਾ ਐਕਸਪਲੋਰ ਕਰਦੇ ਆ, ਸ਼ੋਪਿੰਗ ਕਰਦੇ ਆ, ਸੁਵੀਨੀਅਰ ਲੈਂਦੇ ਆ, ਉਹਨਾਂ ਲਈ ਇਹ ਬਹੁਤ ਵਧੀਆ। ਇੰਨੀਆਂ ਦੁਕਾਨਾਂ ਨੇ ਉਰੇ ਡੈਕੋਰੇਸ਼ਨ ਵਾਲੀਆਂ, ਫੂਡ ਵਾਲੀਆਂ, ਦਾਰੂ ਵਾਲੀਆਂ। ਸੋ ਆਪਾਂ ਤਾਂ ਹੁਣ ਕੋਈ ਆਪਾਂ ਤਾਂ ਕੋਈ ਬਾਹਲਾ ਦੇਖਿਆ ਨਹੀਂ ਹੈਗਾ, ਐਕਸਪਲੋਰ ਕਰਕੇ ਫਰੂਟਸ ਦੇਖੇ ਸੀਗੇ, ਇਹੋ ਜਿਹੀਆਂ ਚੀਜ਼ਾਂ ਉਰੇ ਮਹਿੰਗੀਆਂ ਜ਼ਰੂਰ ਨੇ। ਅਤੇ ਬਾਕੀ ਉਰੇ ਲੋਕ ਸਟਰੀਟ 'ਤੇ ਸ਼ੋਅ ਵੀ ਕਰ ਰਹੇ ਨੇ, ਆਪਣੀਆਂ ਪਰਫੋਰਮੈਂਸ ਦੇ ਰਹੇ ਨੇ, ਵਧੀਆ ਲੱਗਿਆ, ਵਾਈਬ ਵਧੀਆ ਉਰੇ ਵੀ। ਅੱਜ ਫੈਰੀ ਸਾਡੇ ਕਰਮਾਂ 'ਚ ਸੀਗੀ ਹੋਈ, ਅਤੇ ਇਹ ਸਿਰਫ ਲਾਈਕ ਮੇਰਾ 2 ਮਿੰਟ ਲੱਗਦੇ ਹੋਣਗੇ ਬਸ, ਨਾ 2-3 ਮਿੰਟ ਦੀ ਹੋਈ ਸੀਗੀ, ਪਰ ਹੁਣ ਸਾਡਾ ਫਿਰ ਤੁਰ ਕੇ ਸਫ਼ਰ ਹੈਗਾ 25 ਮਿੰਟ ਦਾ। ਅੱਜ ਖਾਸਾ ਤੁਰ ਲਿਆ ਆਪਾਂ, ਵਧੀਆ ਵਿਆਹ ਵਾਲੀਆਂ ਕੈਲਰੀਜ਼ ਹਜਮ ਹੋ ਜਾਣੀਆਂ ਨੇ। ਇਹ BC ਸਾਈਡ ਹੀ, ਖਾਸ ਕਰਕੇ ਵਿਸਲਰ ਅਤੇ ਵੈਨਕੂਵਰ ਦੇ ਵਿੱਚ ਮੈਨੂੰ ਰਿਵਨ ਦੀਆਂ ਕਾਰਜ ਪਿਕਅਪ ਟਰੱਕ ਬਹੁਤ ਦਿਖੇ। 3 ਵੱਜ ਗਏ ਜੀ, ਹੁਣ ਵੀਰੇ ਆਪਾਂ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਆਪਣੀ ਤਾਂ 6 ਵਜੇ ਤੱਕ ਪਾਰਕਿੰਗ ਆ। ਹੁਣ ਆਪਾਂ 3 ਘੰਟੇ ਉਰੇ ਵੇਟ ਕਰ ਲੈਂਦੇ ਹਾਂ, ਪਰ ਪ੍ਰਾਈਸ ਤਾਂ ਆਪਾਂ ਨੂੰ ਸੇਮ ਜਿਹਾ ਹੀ ਪੈ ਗਿਆ। ਉਹ ਬਹੁਤ ਛੇਤੀ ਆਪਾਂ ਸਫ਼ਰ ਕੱਢਤਾ, 1-1.5 ਘੰਟਾ ਤਾਂ ਆਪਾਂ ਤੁਰੇ ਹੀ ਹਾਂ, ਵੈਸੇ ਵੀ ਤੁਰੇ ਹੀ ਹਾਂ, ਬੈਠੀਏ ਫਿਰ ਵਿੱਚ ਬਹਿ ਜਾਂਦੇ 3 ਘੰਟੇ। ਸੋ ਆ ਹੈਗਾ ਜੀ ਵੈਨਕੂਵਰ, ਘੁੰਮ ਲਿਆ, 1 ਨੰਬਰ ਜਗ੍ਹਾ ਵੈਨਕੂਵਰ ਘੁੰਮ ਲਿਆ ਜੀ। ਬਾਕੀ ਜਿਹੜੀਆਂ ਜਗ੍ਹਾ ਨੇ ਉਹ ਮੇਰੀਆਂ ਪਹਿਲੀਆਂ ਘੁੰਮੀ ਹੋਈ ਸੀ, ਜਿੱਦਾਂ ਤੁਹਾਨੂੰ ਦੱਸਿਆ ਕੈਪੀਲਾਨੋ ਸਸਪੈਂਸ਼ਨ ਬ੍ਰਿਜ ਜੀ ਆ, ਹੋਰ ਵੀ ਇੱਧਰ ਆਸੇ ਪਾਸੇ ਵਾਲੀ ਜਿਹੜੀ ਚੀਜ਼ਾਂ ਸੀ, ਸਟੈਨਲੀ ਪਾਰਕ ਆ ਉਰੇ ਮੇਨ, ਅਤੇ ਆਹ ਜਿਹੜਾ ਆਈਲੈਂਡ ਸੀਗਾ ਇਹ ਵੀ ਇੱਕ ਤਰੀਕੇ ਦੀ ਮੇਨ ਹੀ, ਉਰੇ ਉੱਥੇ ਇੰਨੇ ਲੋਕ ਆਏ ਹੋਏ ਸੀਗੇ, ਮੇਨ ਡੈਸਟੀਨੇਸ਼ਨ ਹੀ ਆ। ਸੋ ਜ਼ਰੂਰ ਜਾ ਕੇ ਆਇਓ ਗ੍ਰੈਂਡਵੈਲ ਆਈਲੈਂਡ, ਅਤੇ ਉਸ ਤੋਂ ਬਾਅਦ ਆਪਾਂ ਕੈਨੇਡਾ ਪਲੇਸ ਵੀ ਘੁੰਮ ਲਿਆ, ਅਤੇ ਸਾਨੂੰ ਗ੍ਰੈਂਡਵੈਲ ਆਈਲੈਂਡ ਇੱਕ ਇੰਡੀਅਨ ਸਟੂਡੈਂਟ ਵੀ ਮਿਲਿਆ ਉੱਥੇ, ਉਹ ਸਿਕਿਉਰਿਟੀ ਵਾਲਾ ਕੰਮ ਕਰ ਰਿਹਾ ਸੀਗਾ, ਅਤੇ ਬਾਈ ਨੇ ਦੱਸਿਆ ਵੀ ਉਰ ਹੀ ਰਹਿੰਦਾ, ਉਹ ਵੈਨਕੂਵਰ ਹੀ ਪੜ੍ਹਦਾ ਵਾ, $800 ਉਹਦੇ ਰੂਮ ਦਾ ਰੈਂਟ ਆ, ਅਤੇ ਉਰੇ ਉਹਨੂੰ ਜੋਬ ਲੱਗੀ ਹੋਈ ਸੀਗੀ ਫੁੱਲ ਟਾਈਮ, ਹਲੇ ਉਹਦਾ ਲਾਸਟ ਸਮੈਸਟਰ ਹੀ ਚੱਲਦਾ, ਸੋ ਫੁੱਲ ਟਾਈਮ ਕੰਮ ਕਰ ਰਿਹਾ ਸੀਗਾ ਉਹ। ਅਤੇ ਇੱਦਾਂ ਬਸ ਪੂਰਾ ਆਪਣਾ ਵਧੀਆ ਰਿਹਾ ਟ੍ਰਿਪ, ਅੱਜ ਤੁਰੇ ਬਹੁਤ ਅਸੀਂ, ਥੱਕ ਚੁੱਕੇ ਹਾਂ, ਹੁਣ ਅਸੀਂ ਵਾਪਸ ਚੱਲੇ ਹਾਂ। ਸੋ ਜੇ ਤੁਸੀਂ ਵੈਨਕੂਵਰ ਆਏ ਤਾਂ ਆਹ ਜਗ੍ਹਾ ਤੁਸੀਂ ਜ਼ਰੂਰ ਘੁੰਮਿਓ, ਔਰ ਇੱਕ ਸਟੀਮ ਕਲੋਕ ਵੀ ਹੈਗਾ ਜਿਹੜਾ ਭਾਫ 'ਤੇ ਚੱਲਦਾ ਵਾ, ਹਰੇਕ 15-10 ਮਿੰਟ ਬਾਅਦ ਉਹ ਵੱਜਦਾ ਵਾ, ਉਹ ਮੈਂ ਪਹਿਲਾਂ ਦਾ ਦੇਖਿਆ ਉਹ ਵੀ। ਸੋ ਉਹ ਵੀ ਉਰੇ ਦੀ ਇੱਕ ਮੇਨ ਕਹਿ ਲਓ ਡੈਸਟੀਨੇਸ਼ਨ ਹੀ ਆ, ਜਿੱਥੇ ਲੋਕ ਆਉਂਦੇ ਆ, ਮੇਨ ਜਗ੍ਹਾ ਹੀ ਆ। ਅਤੇ ਬਾਕੀ ਮਿਲਾਂਗੇ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਸਾਰਿਆਂ ਨੂੰ ਲਵ ਯੂ, ਟੇਕ ਕੇਅਰ ਅਤੇ ਬਾਏ।